तो इधर जमनू ही हट गए। तहसील कड़ी लगती जिला भी टोबा जिला भी टोबा ठीक है। ਤੁਹਾਡਾ ਪਿੰਡ ਇਹ ਬੀਬੀ ਦੇ ਪੰਡੋਰੀ ਦੇ ਲੋਕਾਂ ਨੇ ਵਸਾਇਆ? ਹਾਂਜੀ ਬੀਬੀ ਦੇ ਪੰਡੋਰੀ ਦੇ ਅਸੀਂ ਉਧਰੋਂ ਬਾਬੇ ਸਾਡੇ ਉੱਠ ਕੇ ਆਇਆ ਜਿਹੜਾ ਬਾਬਾ ਉਧਰੋਂ ਉੱਠ ਕੇ ਆਇਆ ਸੀਗਾ ਉਹਦਾ ਕੀ ਨਾਂ ਸੀ? ਮੀਰਾ ਬਖਸ਼ ਘੱਟ ਹੋ ਗਿਆ 90 ਹੋ ਠੀਕ ਹੋ ਗਿਆ। ਤੁਸੀਂ ਆਪਣੇ ਦਾਦੇ ਨੂੰ ਦੇਖਿਆ? ਮਾੜਾ ਮੋਟਾ ਨਾ ਨਾ ਪੂਰੀ ਸੁਰਤ ਨਹੀਂ। ਦਾਦੀ ਨਹੀਂ ਉਹ ਪਹਿਲਾਂ ਹੀ ਮਰ ਗਏ। ਚਾਚੇ ਤਾਏ ਤਾਂ ਫਿਰ ਦੇਖੇ ਹੋਣੇ? ਚਾਚੇ ਤਾਏ ਦੇਖੇ ਤਾਇਆ ਕੋਈ ਨਹੀਂ ਸਾ ਚਾਚੇ ਸੇ ਦੋ ਦੇਖੇ। ਅੱਛਾ ਤੇ ਤੁਹਾਡੇ ਨਾਨਕੇ ਕਿੱਥੇ ਰਹਿੰਦੇ ਸੀਗੇ? ਨਾਨਕੇ ਸਾਡੇ 13 ਚ। ਕਿਹੜਾ 13? ਅੱਛਾ ਆ 13। ਹਾਂਜੀ ਮੁਹੰਮਦ ਸਾਲੀ ਮੁਹੰਮਦ ਹਕੀਮ ਸ਼ਾਇਦ ਜਾਣਦੇ ਹੋਵੋ। 27 ਦਾ ਤਾਂ 13 ਦਾ ਕਿਹੜਾ ਹੁਣ ਬੱਗੂ ਹਕੀਮ ਨੂੰ ਜਾਣਦੇ? ਇਹ ਦੱਸੋ ਕਿ ਬਈ ਜਦੋਂ 1947 ਤੋਂ ਪਹਿਲੇ ਜੀ ਇਸ ਪਿੰਡ ਦੇ ਵਿੱਚ ਹਿੰਦੂ ਜਾਂ ਸਿੱਖ ਰਹਿੰਦੇ ਸੀਗੇ? ਸੀਗੇ। ਕਿੰਨੇ ਕੁ ਘਰ ਹੋਣੇ? ਹਿੰਦੂਆਂ ਨੂੰ 3-4 ਘਰ ਸੀ ਹਿੰਦੂਆਂ ਦੇ। ਉਹਨਾਂ ਵਿੱਚ ਇੱਕ ਵਪਾਰ ਵੀ ਕਰਦਾ ਸੀ। ਤਿੰਨਾਂ ਘਰਾਂ ਨੂੰ ਚੋਹਾਂ ਨੇ ਦੁਕਾਨਾਂ ਪਾਈਆਂ ਸੀ। ਐਨ ਸਿੱਧੀ ਸੜਕੇ ਨਿਕਲੋ ਤਾਂ ਉਹ ਜਿਹੜੇ ਸੜਕ ਸ਼ੁਰੂ ਹੁੰਦੀ ਨਾ ਇੱਥੇ ਹਿੰਦੂਆਂ ਦੀਆਂ ਦੁਕਾਨਾਂ ਆਉਂਦੀਆਂ। 4 ਦੁਕਾਨਾਂ ਸੀ ਅਖਰ ਹਿੰਦੂਆਂ ਦੀਆਂ। ਕੀ ਨਾਂ ਸੀ ਉਹਨਾਂ ਦੇ? ਇੱਕ ਨੂੰ ਤਾਂ ਲੱਭੂ ਸਾਦੇ ਹੁੰਦੇ ਸੀ ਕਰਿਆ ਗੁੱਦੂ ਪੀਰੂ। ਤੇ ਜਿਹੜਾ ਸਿੱਖ ਸੀਗਾ ਰਹਿੰਦਾ ਇੱਕੋ ਟੱਬਰ ਸੀਗਾ ਇੱਥੇ? ਇੱਕੋ ਟੱਬਰ। ਉਹ ਕੀ ਕੰਮ ਕਰਦਾ ਸੀਗਾ? ਲੋਹਾਰਾ ਤਰਖਾਣਾ। ਉਹਦਾ ਨਾਂ ਯਾਦ ਆ? ਕੀ ਨਾਂ ਸੀ ਉਹਦਾ? ਉਹਦਾ ਨਾਂ ਮੁੰਡੇ ਉਹਦਾ ਨਾਂ ਲਕਸ਼ਮਣ ਸੀ। ਉਹ ਭਾਈਆ ਸਰਦੇ ਹੁੰਦੇ ਸੀ। ਉਹਦਾ ਆਪਣਾ ਨਾਂ ਸੀਗਾ ਖਰਿਆ ਚਰਨ ਸਿੰਘ। ਉਹਨੇ ਫਿਰ ਇੱਥੇ ਖਰਾਸ ਲਾਇਆ ਸੀ? ਨਹੀਂ ਉਹ ਮਿਸਤਰੀਆਂ ਦਾ ਕੰਮ ਕਰਦਾ ਸੀ ਲੋਹਾਰਾ ਤਰਖਾਣਾ। ਅੱਛਾ ਹਲ ਬੁੰਨੇ। ਅੱਛਾ ਉਸ ਵੇਲੇ ਪਿੰਡ ਵਿੱਚ ਸਕੂਲ ਸੀਗਾ? ਸਕੂਲ? ਹਾਂ ਸਕੂਲ ਤਾਂ ਸੀਗਾ ਕਰਿਆ 5ਵੀਂ ਦਾ ਹੀ ਸਾਖ ਰਿਹਾ। ਬਾਅਦ 'ਚ ਹੋਇਆ 10ਵੀਂ ਦਾ ਹੀ 12ਵੀਂ ਦਾ ਹੀ। ਤੁਸੀਂ ਸਕੂਲੇ ਗਏ? ਮੈਂ ਗਿਆ 4-5 ਸਾਲ। ਤੁਹਾਨੂੰ ਕਿਹੜੇ ਮਾਸਟਰ ਨੇ ਪੜ੍ਹਾਇਆ? ਸਾਨੂੰ ਮਾਸਟਰ ਨੇ ਪੜ੍ਹਾਇਆ ਹੈਦਰ ਅਲੀ। ਇੱਥੇ ਸਾਡੇ ਪਿੰਡ ਦਾ ਹੁੰਦਾ ਸੀ ਪ੍ਰੋਫੈਸਰ ਉਹਦਾ ਪੀਸ ਜਿਹਨੇ ਪੜ੍ਹਾਇਆ। ਮਾਸਟਰਾਂ ਦੇ ਨਾਂ ਦੱਸਦੇ ਸੀਗੇ? ਹੁੰਦੇ ਸੀ ਹੈਦਰ ਅਲੀ। ਹਾਂ ਅਤੇ ਦੂਜਿਆਂ ਨੇ ਸਾ ਅੱਲਾ ਦਿੱਤਾ ਉਹ 17 ਚੋਂ ਆਉਂਦਾ ਸੀ। ਅੱਛਾ ਇੱਕ ਸੀਗਾ ਸਦੀਕ। ਹਾਂ ਉਹ ਜੜਾਏ ਦਾ ਸਾ। ਅੱਛਾ ਮਹਿਰੂਮ ਖਾਂ ਤਾਂ ਸਾਡੇ ਪਿੰਡ ਦਾ। ਹਾਂ ਮਹਿਰੂਮ ਖਾਂ ਤਾਂ ਉਹਦਾ ਪੁਰਾਣਾ ਸੀ ਨਾ ਉਹਦੇ ਫਿਰ ਰਿਟਾਇਰ ਹੋ ਗਿਆ ਨਹੀਂ ਬਾਅਦ 'ਚ। ਹਾਂ ਹਾਂ ਅੱਛਾ ਜਦੋਂ ਤੁਹਾਡਾ ਸਕੂਲ ਲੱਗਦਾ ਸੀਗਾ ਜੀ ਉਹਦੀ ਕੀ ਨਿਸ਼ਾਨੀ ਕੀ ਹੁੰਦੀ ਸੀ? ਘੰਟੀ ਵਜਾਉਣੀ ਦੁਆ ਕਹਾਉਣੀ। ਦੁਆ ਯਾਦ ਆ? ਨਹੀਂ ਸਾਨੂੰ ਉਦੋਂ ਵੀ ਨਹੀਂ ਸੀ ਯਾਦ ਜਿੱਦਾਂ ਵੀ ਕਹਿਣਾ ਆਉਂਦਾ ਮਗਰ ਕਈ ਗੱਲ ਕਹਿ ਦਈਆਂ। ਅੱਛਾ ਤੇ ਨਾਲ ਤੁਹਾਡੇ ਕੋਈ ਹਿੰਦੂ ਜਾਂ ਸਿੱਖਾਂ ਦੇ ਮੁੰਡੇ ਪੜ੍ਹਦੇ ਸੀਗੇ? ਪੜ੍ਹਦੇ ਕੋਈ ਜਮਾਤੀਆਂ ਦੇ ਨਾਂ ਯਾਦ ਪੈਂਦੇ ਆ? ਨਹੀਂ। ਹਾਂ ਘੱਟੀ ਸੀ ਸਿੱਖ ਕੋਈ ਸਿੱਖਾਂ ਦੇ। ਅਸਲਾਮ ਅਲੈਕੁਮ। ਵਾਲੇਕੁਮ। ਸਿੱਖਾਂ ਦੇ ਨਹੀਂ ਸੀਗੇ ਘਰੇ ਪੜ੍ਹੇ। ਸਿੱਖਾਂ ਮੁੰਡੇ ਤਾਂ ਬਹੁਤੇ ਪੜ੍ਹਦੇ ਸੀਗੇ? ਹੁੰਦੇ ਤਾਂ ਸੀਗੇ। ਦੁਕਾਨਦਾਰੀ ਕਰਦੇ ਸੀਗੇ ਜੀ? ਸਿਰਫ ਉਹ ਦੁਕਾਨਦਾਰ ਸੀ ਜਾਂ ਕੋਈ ਜ਼ਿੰਮੇਦਾਰਾਂ ਵੀ ਕਰਦੇ ਸੀ ਨਾਲ? ਨਹੀਂ ਜ਼ਿੰਮੇਦਾਰ ਨੇ ਇੱਕ ਵਿੱਚ ਵਪਾਰ ਕਰਦੇ। ਤੁਹਾਡੇ ਇੱਥੇ 316 ਦੇ ਨੇੜੇ ਤੇੜੇ ਆਂਢ ਗੁਆਂਢ ਸਿੱਖਾਂ ਦੇ ਕਿਹੜੇ ਕਿਹੜੇ ਪਿੰਡ ਸੀਗੇ ਉਸ ਵੇਲੇ? ਸਾਰੇ 4 ਸਵੇਰੇ ਸਿੱਖ ਹੀ ਸਿੱਖ।
ਮੁਸਲਮਾਨਾਂ ਦੇ ਪਿੰਡ ਥੋੜੇ ਆ ਤੇ ਸਿੱਖਾਂ ਦੇ ਪਿੰਡ ਬਹੁਤ ਸੀ। ਅੱਛਾ ਇਹ ਕੀ ਉਹ ਪਿੰਡ ਦਾ ਨਾਂ ਜਾਂ ਉੱਥੇ ਕਹਿਣ ਸਿੱਖ ਇਕੱਠੇ ਹੋ ਗਏ, ਸਿੱਖ ਇਕੱਠੇ ਹੋ ਗਏ, ਸਾਰੇ ਪਿੰਡ ਇਕੱਠੇ ਹੋਈ ਜਾਂਦੇ ਆ, ਤੂੰ ਵੀ ਮੁਸਲਮਾਨਾਂ 'ਤੇ ਹਮਲਾ ਕਰ। ਹੈਂ ਅੱਛਾ ਫਿਰ ਇੱਕ ਦਿਨ ਨਾ ਮੇਰਾ ਬਾਪ ਨਾ ਗਿਆ ਵੀ ਪੱਠੇ ਲੈਣ, ਇਧਰੋਂ ਪੱਠੇ ਮੋਗੇ ਤੇ ਦੂਰੋਂ ਕਿਤੇ ਮੁੱਲ ਲੈ ਆ ਦਸ ਤਾਈ ਭਰੇ, ਉਧਰੋਂ ਪੱਠੇ ਲੈਣ ਗਿਆ ਤਾਂ ਉਧਰੋਂ ਖੌਰੂ ਪੈ ਗਿਆ ਅਤੇ ਇਹ ਜਿਹੜਾ ਦਸ ਆ ਨਾ ਸਾਰਾ ਸਾਰਾ ਘਰੋਂ ਨਿਕਲ ਨਿਕਲ ਕੇ ਪਿੰਡ 'ਚੋਂ ਗਿਆਰਾਂ ਨਸਾ ਜਾਵੇ ਕੋਈ ਹਾਲ ਨਾ। ਨੱਸਣ ਭੱਜਣ ਬੜੀ ਪਈ ਹੋਈ, ਇਹ ਹਾਲ ਦਵਾਈ ਪੈ ਗਈ, ਸਿੱਖ ਆ ਗਏ ਜੀ, ਸਿੱਖ ਆ ਗਏ, ਸਿੱਖ ਆ ਗਏ, ਤਾਂ ਆਪ ਲੁਕਦੇ ਫਿਰਦੇ ਸੀ ਵਿਚਾਰੇ। ਇਹ ਮੁਸਲਮਾਨ ਕਹਿੰਦੇ ਨੇ ਜਿਹੜੇ ਇਕੱਠੇ ਹੁੰਦੇ ਨਾ ਇਹ ਹਮਲਾ ਕਰਨ ਨੂੰ ਇਕੱਠੇ ਹੁੰਦੇ ਆ, ਨਹੀਂ ਇੰਨੀ ਜ਼ਰੂਰਤ ਹੀ ਨਹੀਂ। ਪਾਕਿਸਤਾਨ ਬਣਿਆ ਹਾਂਜੀ, ਉਸ ਵਕਤ ਦੀ ਯਾਦਾਸ਼ ਸੁਣਾ, ਉਸ ਵੇਲੇ ਕੀ ਕੁਝ ਹੋਇਆ ਸੀ ਇੱਥੇ? ਇੱਕ ਮੁੰਡਾ ਫੜਿਆ ਇੱਥੋਂ, ਮੈਨੂੰ ਮੁਸਲਮਾਨ ਕਰ ਲਓ, ਮੈਨੂੰ ਮੁਸਲਮਾਨ ਕਰ ਲਓ, ਨਾ ਮੰਨੇ ਉੱਥੇ ਜਾ ਕੇ ਵੱਢ ਕੇ ਦਿੱਤਾ, ਕਰਕੇ ਦੱਬ ਦਿੱਤਾ। ਕਿਹਨੇ ਮਾਰਿਆ ਸੀਗਾ? ਉਹ ਮੁਸ਼ਤਾਕ ਲੰਬੜ, ਰਫੀਕ ਲੰਬੜ ਦਾ ਭਰਾ ਮੁਸ਼ਤਾਕ ਲੰਬੜ, ਉਹਨੇ ਵੱਢਿਆ ਸੀ ਛੁਰਿਆਂ ਨਾਲ। ਅੱਛਾ ਉਹ ਛੁਰੇ ਵਾਲੇ ਕੌਣ ਸੀਗੇ? ਛੁਰੇ ਵਾਲੇ ਜਿਹੜੇ ਤੁਸੀਂ ਗੱਲ ਕਰਦੇ, ਉਹ ਜਿਹੜਾ ਵੱਢਣੇ ਵਾਲਾ ਛੁਰੇ ਵਾਲਾ ਹੀ? ਨਹੀਂ ਨਹੀਂ ਉਹ ਟੋਬੀਆਂ ਜਿਹੜੇ ਆਉਂਦੇ ਨੇ ਟੋਬੇ ਵਾਲੇ, ਉਹ ਟੋਬੇ ਉਹ ਹੁਣ ਨਾਮ ਇਹਨੂੰ ਭੁੱਲ ਗਿਆ, ਹੁਣ ਭੁੱਲ ਗਿਆ। ਅੱਛਾ ਅੱਛਾ ਜਿਹੜੀ ਟ੍ਰੇਨ ਵੱਢੀ ਸੀਗੀ ਇੱਥੇ, ਉਹ ਕਿੱਥੇ ਕਰਕੇ ਵੱਢੀ ਸੀਗੀ? ਹਾਂ ਨਹੀਂ ਇੱਕ ਤਾਂ ਪਿੰਡ ਕੋਲ ਖਾਲਾ, ਇਹਦੀ ਜਿਹੜਾ ਪਰਲਾ ਖਾਲਾ, ਅੱਛਾ ਇਹਦੇ ਪਰਲੇ ਪਾਸੇ ਲਿਜਾ ਕੇ ਟ੍ਰੇਨ ਖੜੀ ਕਰਾ ਕੇ ਵੱਢੇ। ਇੱਕ ਵਿੱਚ ਹੋਵੇ ਇੱਕ ਗੱਡੀ ਦੇ ਨਾ ਇੱਧਰੋਂ ਆਈ, ਉਹਦੇ 'ਚ ਹੋਵੇ ਥਾਣੇਦਾਰ, ਨਾਲ ਉਹਦੇ ਹੋਰ ਸਿਪਾਹੀ ਪਹਿਰੇਦਾਰ, ਥਾਣੇਦਾਰ ਬੜਾ ਮੋਟਾ। ਹੁਣ ਇੱਥੇ ਛੁਰੇ ਵਾਲੇ ਜਿਹੜੇ ਵੀ ਸਾਡੇ ਪਿੰਡ ਦੇ ਵੀ ਹੋ ਜਾਂਦੇ ਸੀ ਨਾ ਉਹ ਮੱਲੋ, ਇਹ ਕਹੇ ਵੀ ਇਹਨੂੰ ਵੱਢਣਾ ਹੀ ਵੱਢਣਾ। ਅੱਛਾ ਵੱਢਣਾ ਹੀ ਵੱਢਣਾ, ਆਹੋ ਨਾਲ ਉਹਦੇ ਹੋਣ ਸਿੱਖ ਟ੍ਰੇਨ ਗੱਡੀ 'ਚ, ਵਿੱਚ ਕਹਿਣ ਜੀ ਇਹਨਾਂ ਨੂੰ ਵੀ ਮਾਰੋ, ਤੁਸੀਂ ਇਹਨੂੰ ਵੀ ਮਾਰੋ। ਉਹ ਕਹਿੰਦੇ ਵੀ ਇਹ ਤਾਂ ਮੁਸਲਮਾਨ ਆ, ਉਹ ਕਹਿਣ ਲੱਗੇ ਉਹਨਾਂ ਨੂੰ ਪੁੱਛਿਆ ਨਾ, ਉਹ ਕਹਿਣ ਲੱਗੇ ਜੀ ਫੈਰ ਜ਼ਰੂਰ ਕਰਨੀ ਆ ਸਾਡਾ ਥਾਣੇਦਾਰ, ਫੈਰ ਅਸੀਂ ਜ਼ਰੂਰ ਕਰਨੇ ਆ, ਫਲ ਅਸੀਂ ਕਰਾਂਗੇ ਤਾਂ ਓਕੇ ਫੈਰ ਕਰਾਂਗੇ ਤਾਂ ਤੁਸੀਂ ਆਪਣਾ ਕੰਮ ਕਰੀ, ਇੱਦਾਂ ਕਰਦੇ ਸੀ ਅਤੇ ਉਹਨੂੰ ਵੱਢੇ ਟੁੱਕੇ ਬੜੇ ਲੰਬੜ। ਫਿਰ ਉਹਦੇ ਮਗਰ ਹੋਏ ਛੁਰਿਆਂ ਵਾਲੇ, ਆ ਜਿਹੜਾ ਇੱਥੇ ਆਇਆ ਤਾ ਕੁੜੀਆਂ ਕੁੜੀ ਕੋਲ, ਕਿਹੜਾ ਲੰਬੜ? ਅੱਛੇ ਦਾ ਗੱਲ ਦੂਲੇ ਕੋਲ, ਉਹ ਆਇਆ, ਉਹ ਵੀ ਉਸ ਗੱਡੀ ਨੂੰ ਗਿਆ ਜਿਹ ਤੋਂ ਵੱਢਦੇ ਸੀ, ਉਸ ਗੱਡੀ ਵੱਲ ਨੂੰ ਗਿਆ ਅਤੇ ਉਹਨਾਂ ਨੂੰ ਵੀ ਕਿਸੇ ਛੁਰੇ ਵਾਲਿਆਂ ਦੱਸ ਦਿੱਤਾ ਕਿ ਆਹ ਵੀ 6 ਦਾ ਲੰਬੜ ਆ, ਉਹ ਹੋਏ ਫਿਰ ਉਹਦੇ ਵੱਲੋਂ। ਅੱਛਾ ਉਹਨਾਂ ਦੇ ਵਿੱਚ ਇੱਕ ਬੰਦਾ ਨੱਸਦਾ ਬਹੁਤ ਸਾ, ਉਹਨੂੰ ਦੁਨੀਆ ਖਾਣ ਜਿਹੜਾ ਘੋੜੀ ਦੇਖੀ ਨਾ ਬੰਦੇ ਆਉਂਦੇ ਉਹਨੂੰ ਘੋੜੀ ਨਹੀਂ ਸਾਰਦੇ, ਉਹ ਮਗਰ ਨੱਸ ਪਿਆ। ਲੈ ਵੀ ਆ ਗੁਲਾਮ ਨੂੰ ਘੋੜੀ ਦੇਣ ਨਾ ਹੱਥ ਪੈਂਦਾ ਪੈਂਦਾ ਬਚ ਗਿਆ ਉਹਨੇ ਕਰ ਲਿਆ। ਇੱਕ ਮੈਂ ਇਹ ਸੁਣਿਆ ਸੀਗਾ ਕਿ ਵੀ ਜਿਹੜਾ 306 ਦਾ ਲੰਬੜ ਸਿੱਖਦਾਰ ਸੀਗਾ ਉਹਨੂੰ ਜੀਂਦੇ ਨੂੰ ਲੂਹਤਾ ਸੀਗਾ, ਸਿੱਟੀਆਂ ਵੀ ਸਿੱਟਦਾ ਸੀਗਾ ਜੀਂਦੇ ਨੂੰ ਅੱਗ ਲਾ ਕੇ। ਕਿਹਨ? ਕਿਹੜਾ ਉੱਥੋਂ ਦਾ ਨੰਬਰਦਾਰ ਸੀਗਾ 6 ਦਾ, ਆਹੋ ਜੀਂਦੇ ਨੂੰ ਅੱਗ ਵਿੱਚ ਸਿੱਟਦਾ ਸੀਗਾ। ਐਵੇਂ ਮਾਰ ਇਹ 304 4.5 ਇਹ 6 ਇਹਨਾਂ ਨੂੰ ਲੁੱਟਣ ਲਈ ਗਏ ਸੀਗੇ, ਬੜਾ ਲੁੱਟ ਪਾਈ ਸਾਰੇ ਪਿੰਡ ਸੀ ਇੱਕ ਅੱਧਾ, ਹਾਂ ਹਾਂ ਸਾਰੇ ਪਿੰਡ 100-100 ਖੱਦਰ ਦੀ ਤਾਣੀ ਇੱਕ ਇੱਕ ਘਰ 'ਚੋਂ ਨਿਕਲੀ ਸਿੱਖ, 100 ਤਾਣੀ ਮੂੰਹ ਨਾਲ ਕਹਿਣੀ ਆ, 100 ਤਾਣੀ ਇੱਕ ਘਰ 'ਚੋਂ ਨਿਕਲੀ ਸਿੱਖਾਂ ਦੇ, ਇੰਨੇ ਮੋਟੇ ਸਿੱਖ ਸੀ ਇੱਥੇ, 3-3 4-4 ਮਰਬਿਆਂ ਦੇ ਤਾਂ ਘਰ ਕਿਸੇ ਦੀ ਜ਼ਮੀਨ ਨਹੀਂ ਸੀ, ਹੁਣ ਇੱਥੇ ਹੈਗੇ ਕੀਲੇ। ਉੱਧਰੋਂ ਮੁਸਲਮਾਨ ਉੱਜੜ ਕੇ ਆਏ ਸੀਗੇ, ਹਾਂਜੀ
ਉਹਨਾਂ ਦੀ ਇੱਥੋਂ ਦੇ ਜਿਹੜੇ ਤੁਸੀਂ ਜਿਵੇਂ ਤੁਸੀਂ ਇੱਥੋਂ ਵਸੇਬੀ ਸੀਗੇ ਮੁਸਲਮਾਨ ਉਹਨਾਂ ਮੁਸਲਮਾਨਾਂ ਦੀ ਕੀ ਮਦਦ ਕੀਤੀ ਸੀਗੀ ਉਸ ਨੇ ਮਦਦ ਇੱਥੇ ਇਹ ਸੀ ਵੀ ਜੇਲ੍ਹਾਂ ਤੋਂ ਉੱਧਰੋਂ ਆਉਂਦੇ ਸੀ ਨਾ ਇੱਥੇ ਰੋਟੀਆਂ ਪੱਕਦੀਆਂ ਹੁੰਦੀਆਂ ਸੀ ਦੇਗਾਂ ਪੱਕਦੀਆਂ ਨੇ ਉਹਨਾਂ ਨੂੰ ਨਾ ਗੱਡੀ ਖੜੀ ਕਰਾ ਕੇ ਤੇ ਰੋਟੀ ਰੋਟੀ ਰਬੜ ਦੇਣਾ ਖਾਣੇ ਨੂੰ ਹੈਂ ਭੁੱਖੇ ਹੁੰਦੇ ਸੀ ਵਿਚਾਰੇ ਉਹਨਾਂ ਨੂੰ ਖਾਣੇ ਨੂੰ ਦੇਣਾ ਬਾਰੇ ਵੇਲੇ ਕਿਸੇ ਕਿਸੇ ਡਰਾਈਵਰ ਨੇ ਗੱਡੀ ਖੜੀ ਨਾ ਕਰਨੀ ਇਹਨੇ ਫਿਰ ਰੋਟੀਆਂ ਜਗ ਜਗ ਵਿੱਚ ਮਾਰਨੀ ਕੋਈ ਡਿੱਗ ਪੈਣੀਆਂ ਕੋਈ ਵਿੱਚ ਚੱਲ ਜਾਣੀਆਂ ਬੜੇ ਸਾਡੇ ਪਿੰਡ ਦੇ ਨੇ ਇੱਦਾਂ ਦੇ ਕੰਮ ਬਹੁਤ ਕੀਤੇ ਵੱਡੇ ਵੀ ਸਿੱਖ ਬੜੇ ਸੀ ਜੇ ਸਾਡੇ ਪਿੰਡ ਜਿੰਨੇ ਸਾਡੇ ਪਿੰਡ ਦੇ ਸਿੱਖ ਵੱਡੇ ਨਾ ਇੰਨੇ ਹੋਰ ਪਿੰਡ ਵੀ ਵੱਢਦੇ ਅਤੇ ਸਿੱਖ ਜਾਂਦਾ ਹੀ ਇੱਥੋਂ ਕੋਈ ਨਹੀਂ ਇੰਨਾ ਸਾਡੇ ਪਿੰਡ ਦੇ ਸਿੱਖ ਵੱਢੇ ਆ ਉਹਦੀ ਵਜ੍ਹਾ ਕੀ ਸੀਗੀ ਪਹਿਲਾਂ ਤਾਂ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸੀਗੇ ਮੈਂ ਪਿਆਰ ਮੈਂ ਫਿਰ ਦੁਸ਼ਮਣ ਨਹੀਂ ਹੋ ਗਿਆ ਇੱਥੇ ਕੋਈ ਸਿੱਖਾਂ ਨੇ ਕੋਈ ਹਮਲਾ ਕਰਿਆ ਸੀਗਾ ਹਮਲਾ ਤਾਂ ਉੱਦਾਂ ਤਾਂ ਆ ਕੇ ਹਮਲਾ ਤਾਂ ਨਹੀਂ ਕੀਤਾ ਪਰ ਦੁਸ਼ਮਣ ਤਾਂ ਸੀਗੇ ਨਾ ਨਹੀਂ ਦੁਸ਼ਮਣੀ ਦੀ ਕੋਈ ਵਜ੍ਹਾ ਤਾਂ ਬਣੀ ਹੋਊਗੀ ਜਿਸ ਵੇਲੇ ਦੁਸ਼ਮਣ ਹੋਵੇ ਜੇ ਉਹਨਾਂ ਦਾ ਦਾਅ ਲੱਗੇ ਤਾਂ ਉਹ ਘੱਟ ਕਰਦੇ ਵੀ ਕਰਦੇ ਹੀ ਸੀ ਨਹੀਂ ਉਹ ਤਾਂ ਇਹ ਤਾਂ ਇੱਦਾਂ ਨਾ ਫਰਜ਼ ਕਰੋ ਹੁਣ ਤੁਹਾਡੇ ਨਾਲ ਮੈਂ ਲੜਾਂ ਜਾਂ ਮੈਂ ਤੁਹਾਡੇ ਨਾਲ ਆਪਸ ਆਹਮਣੇ ਸਾਹਮਣੇ ਲੜਾਂ ਫਿਰ ਤਾਂ ਗੱਲ ਵੀ ਬਣਦੀ ਆ ਯਾਰ ਬੁੱਕਤ ਉਹਨਾਂ ਦੀ ਨਹੀਂ ਸੀ ਰਹੀ ਅੱਛਾ ਠੀਕ ਹੈ ਨਾ ਬੁੱਕਤ ਤਾਂ ਨਹੀਂ ਨਾ ਰਹੀ ਸੀ ਬੁੱਕਤ ਨਹੀਂ ਸੀ ਇਹਨਾਂ ਦੀ ਰਹੀ ਜੇ ਕੋਈ ਥੋੜ੍ਹਾ ਬਹੁਤ ਹੱਥ ਚੱਕਦੇ ਵੀ ਸੀ ਤਾਂ ਉਹ ਗੱਲ ਨਹੀਂ ਸੀ ਡਰ ਗਏ ਸੀ ਬਹੁਤ ਸਾਡੇ ਪਿੰਡ ਸਿੱਖਾਂ ਦਾ ਘਰ ਦਾ ਉਹਨੂੰ ਬੜੇ ਛੁਰਿਆਂ ਵਾਲਿਆ ਕੋਬੇ ਵਾਲੇ ਜਿਹੜੇ ਮੈਂ ਕਹਿੰਦਾ ਛੁਰਿਆਂ ਵਾਲੇ ਕਈ ਵਾਰੀ ਆਏ ਸੀ ਇਹਨੂੰ ਵੱਢਣ ਉਹਨਾਂ ਨੂੰ ਪਿੰਡ ਦੇ ਇਹਨੂੰ ਹੱਥ ਨਹੀਂ ਲਾਉਣ ਦਿੱਤਾ ਉਹ ਵੀ ਜਿਸਲਾ ਸਿੱਖਾਂ ਨੇ ਹਮਲਾ ਕਰਨਾ ਨਾ ਜਾਂ ਸਿੱਖ ਜਵਾਬ ਉਸ ਬੰਦੇ ਨੇ ਪਿੰਡ ਦੇ ਗੱਭੇ ਜਾ ਕੇ ਇੱਕ ਮਿੰਟ ਪਿੰਡ ਦੇ ਜਿਹੜਾ ਸਿੱਖ ਦੀ ਗੱਲ ਕਰਦੇ ਸੀਗੇ ਅਤੇ ਉਹਨੂੰ ਸਾਂਭ ਕੇ ਰੱਖਿਆ ਉਹਨੂੰ ਵੱਢਣ ਆਉਂਦੇ ਸੀ ਬਹੁਤ ਅਤੇ ਪਿੰਡ ਦੇ ਹੱਥ ਬਿਲਕੁਲ ਉਹ ਵੀ ਜਿਹੜਾ ਸਿੱਖਾਂ ਦਾ ਰੌਲਾ ਪੈਣਾ ਨਾ ਉਹਨੂੰ ਪਿੰਡ ਦੇ ਚੌਂਕ ਜਾ ਕੇ ਦਵਾਈ ਪਾਉਣੀ ਉਹ ਮੁਸਲਮਾਨੋ ਚੱਟੋ ਸਿੱਖ ਆਵੇ ਤਗੜੇ ਹੋ ਜਾਓ ਸਿੱਖ ਆਵੇ ਇਹ ਨਹੀਂ ਸੀ ਵੀ ਸਿੱਖਾਂ ਦੀ ਹਮਾਇਤ ਕਰਦਾ ਹਮਾਇਤ ਕਿਹੜੇ ਦੀ ਕਰਦਾ ਅੱਛਾ ਉਸ ਵਕਤ ਇਸ ਪਿੰਡ ਦਾ ਨੰਬਰਦਾਰ ਕੌਣ ਸੀਗਾ ਨੰਬਰਦਾਰ ਕੌਣ ਸੀਗਾ ਅਰਫੀਕ ਮੁਸ਼ਤਾਕ ਹੁੰਦੇ ਸੀ ਅਤੇ ਜਿਹੜਾ ਉਦੋਂ ਹਲਕੇ ਹੋਣਗੇ ਜਿਹੜਾ ਉਹਦੇ ਨਾਲ ਦਾ ਬਾਪ ਹੁੰਦਾ ਸੀ ਉਹ ਬੁੜਾ ਅਬਦ ਸਖਰਿਆ ਦਾ ਨਾਂ ਇੱਕ ਪਰੇ ਲੰਬੜ ਸੀਗੇ ਉਹਦਾ ਨਾਂ ਬਾਜਾ ਸਾ ਹੁਣ ਤਾਂ ਹੈਗਾ ਹੋਰ ਗਾਮ ਉਹਦਾ ਪੁੱਤ ਆ ਅੱਛਾ ਤੁਸੀਂ ਜਦੋਂ ਛੋਟੇ ਹੁੰਦੇ ਜਿਵੇਂ ਮੁੰਡੇ ਖੁੰਡੇ ਹੁੰਦੇ ਸੀਗੇ ਹਾਂਜੀ ਤੁਹਾਡੇ ਜ਼ਮਾਨੇ ਕਿਹੜੀਆਂ ਕਿਹੜੀਆਂ ਖੇਡਾਂ ਹੁੰਦੀਆਂ ਸੀਗੀਆਂ ਜਿਹੜਾ ਬੱਚੇ ਰਲ ਕੇ ਖੇਡਦੇ ਹੁੰਦੇ ਸੀਗੇ ਹਾਂ ਕਬੱਡੀਆਂ ਕਬੂਡੀਆਂ ਤੇ ਨੱਸ ਭੱਜ ਜਿੱਦਾਂ ਮੁੰਡੇ ਕੱਢਦੇ ਹਾਂ ਹਾਂ ਇੱਦਾਂ ਸੀ ਉਦੋਂ ਵੀ ਕੋਈ ਗੇਂਦ ਖੇਡ ਲਈ ਕੋਈ ਹਾਕੀਆਂ ਨਾਲ ਖੇਡ ਲਿਆ ਗੇਂਦ ਖੁਦੋ ਇੱਦਾਂ ਦੇ ਹੁੰਦੇ ਤੇ ਖੇਡਦੇ ਬੀਬੀ ਦੀ ਪਟੋਰੀ ਦੇ ਪਹਿਲਾਂ ਆ ਗਏ ਅਸੀਂ ਰੌਲਿਆਂ ਤੋਂ ਪਹਿਲਾਂ ਨਹੀਂ ਉਹ ਤਾਂ ਤੁਸੀਂ ਬਾਦਗਾਰ ਹੋ ਪਿੰਡ ਜਦੋਂ ਪਿੰਡ ਜਿਹਨੇ ਮੰਨਿਆ ਵਾ ਹਾਂਜੀ ਉਹ ਬੀਬੀ ਦੇ ਪੰਡੋਰੀ ਦੇ ਆਏ ਸੀਗੇ ਹਾਂਜੀ ਤੇ ਸਿਰਫ ਉਹ ਸੀ ਵੀ ਚਲੋ ਫਿਰ ਤੁਹਾਡਾ ਅੱਬਾ ਤਾਂ ਗਿਆ ਹੋਣਾ ਪਿੱਛੇ ਪਿੰਡ ਦੇਖਣ ਲਈ ਮੁਸ਼ਕਿਲ ਹੀ ਅੱਬਾ ਵੀ ਨਹੀਂ ਗਿਆ ਮੁਸ਼ਕਿਲ ਹੀ ਅੱਛਾ ਗਰੀਬ ਬੰਦੇ ਨੂੰ ਜਿੱਥੇ ਨਹੀਂ ਤਾਂ ਤੁਹਾਡੇ ਬਜ਼ੁਰਗਾਂ ਨੂੰ ਜ਼ਮੀਨ ਨਹੀਂ ਸੀ ਇੱਥੇ ਅਲਾਟ ਹੋਈ ਹਾਂ ਜ਼ਮੀਨ ਸਾਨੂੰ ਪਿਆ ਸਾ ਅੱਧਾ ਮਰਬਾ ਲਿਆ ਸਾ ਮੁੱਲ ਉਦੋਂ ਦਾ ਪਹਿਲਾਂ ਉਹ ਕਿਸ਼ਤਾਂ ਵਾਲਾ ਉਹਦਾ ਦਿੱਤਾ ਸਾ 250 ਰੁਪਈਆ ਸੀਗੇ ਟਿੱਬੇ ਉੱਥੇ ਫਿਰ ਜਾ ਕੇ ਕਰਨਾ ਕੀ ਸੀ ਗਏ ਨਹੀਂ ਜਿਵੇਂ ਇੱਥੇ ਦੋ ਦੋ ਮਰਬੇ ਦੀ ਲਾਟ ਸੀਗੀ ਨਹੀਂ ਨਹੀਂ ਸਾਨੂੰ ਕੋਈ ਨਹੀਂ ਤੁਹਾਡੇ ਬਜ਼ੁਰਗਾਂ ਨੂੰ ਬਾਬੇ ਨੂੰ ਜ਼ਮੀਨ ਇੱਥੇ ਕੋਈ ਨਹੀਂ ਲਾਟ ਕੋਈ ਨਹੀਂ ਪਹਿਲਾਂ ਤਾਂ ਕੋਈ ਨਹੀਂ ਇੱਕ ਹੋਰ ਵੀ ਖਰੇ ਕਿਸੇ ਨੂੰ ਪੁੱਛਿਆ ਸਾ ਮੈਨੂੰ ਕਿ ਜ਼ਮੀਨ ਤੁਹਾਡੀ ਪਹਿਲਾਂ ਤੋਂ ਹੈ ਨਹੀਂ ਜਾਂ ਵੇਚ ਬੂਝ ਕੇ ਖੁਦ ਖਾ ਲਓ ਮੈਂ ਕਿਹਾ ਨਹੀਂ ਪਹਿਲਾਂ ਤੋਂ ਹੈ ਅਸੀਂ ਮੈਂ ਕਿਹਾ ਕੀ ਖਾਣੀ ਸੀ ਜਾਂ ਬਜ਼ੁਰਗਾਂ ਸਾਡਿਆਂ ਨੂੰ ਕੀ ਖਾਣੀ ਸੀ ਮਿਹਨਤ ਕਰਨ ਵਾਲਾ ਬੰਦਾ ਜਿਹੜਾ ਨਾ ਇਹ ਖੇਤੀ ਜ਼ਮੀਨ ਜ਼ਮੂਨ ਨਹੀਂ ਵੇਚੀ ਗੱਲ ਸੁਣ ਸਾਡੀ ਸੀ ਇੱਥੇ ਬਰਾਤ ਸਾਡਾ ਬਾਬਾ ਜਿਹੜਾ ਸੀ ਨਾ ਤਕੜਾ ਬੜਾ ਹਿੰਮਤ ਵਾਲਾ ਜਿੱਦਾਂ ਆਉਂਦਾ ਨਾ ਬੰਦਾ ਜਿੱਦਾਂ ਹਿੰਮਤ ਵਾਲਾ ਤਕੜਾ ਸੀ ਬਹੁਤ ਤਕੜਾ ਜਾਨ ਆ ਅੱਛਾ
ਸਾਡੀ ਬਰਾਦਰੀ ਦੇ ਬੰਦੇ ਜਿਹੜੇ ਸੀ ਨਾ ਉਹ ਡਰਪੋਕ ਸੀ। ਇਹ ਫਿਰ ਸਾਡੇ ਬਾਬੇ ਨੂੰ ਪਤਾ ਕੀ ਕਹਿਣ ਲੱਗੇ, ਉਹਨੇ ਪਵਾਈ ਸੀ ਜ਼ਮੀਨ, ਉਹਨੇ ਜ਼ਮੀਨ ਸੀਗੀ ਅਤੇ ਸਾਡੇ ਨਾਲ ਆਬਾਦ ਕਰਾ, ਅਸੀਂ ਤੈਨੂੰ ਨਾਲ ਹਿੱਸਾ ਦੇਵਾਂਗੇ। ਜ਼ਮੀਨ ਆਬਾਦ ਕਰਾ ਲਈ, ਦਿੱਤਾ ਕੁਛ, ਆਹ ਕੰਮ ਸਾਡੀ ਬਰਾਦਰੀ ਨੇ ਕੀਤਾ ਸਾਡੇ ਜ਼ਿਆਦਾ, ਅਸੀਂ ਤਾਂ ਜ਼ਮੀਨ ਤੋਂ ਖੁੱਲ੍ਹੇ ਰਹੇ। ਤੁਸੀਂ ਕਹਿ ਰਹੇ ਨਾ ਤੁਹਾਨੂੰ ਦੁਆ ਦੂ ਯਾਦ ਨਹੀਂ ਸੀ ਹੁੰਦੀ? ਨਹੀਂ, ਦੁਆ ਯਾਦ ਨਹੀਂ ਕੋਈ। ਅੱਛਾ, ਉਦਾਂ ਸ਼ਰਾਰਤਾਂ ਸ਼ਰੂਰਤਾਂ ਕਰਦੇ ਸੀਗੇ? ਸ਼ਰਾਰਤ ਤੈਨੂੰ ਪਤਾ ਮੁੰਡ ਪੋਜ ਹੁੰਦੀ ਹੈ ਤਾਂ ਹੈਗੀ ਮਾੜੀਆਂ ਮੋਟੀਆਂ। ਅੱਛਾ, ਕੀ ਕਿ ਸਿਰ ਰੋਟੀ ਖੋਟੀ ਖੋ ਲੈਂਦੇ ਸੀਗੇ? ਨਹੀਂ, ਰੋਟੀ ਖੋ ਗਈ। ਹਾਂ, ਉਹ ਜੋ ਬੰਦਾ ਨਾਲ ਵਾਲੇ ਮੁੰਡੇ ਰੋਟੀ ਤਾਂ ਅਸੀਂ ਜਿਹੜੇ ਲਾਂਭੇ ਲੈ ਕੇ ਜਾਂ ਨਹੀਂ ਸੀ ਲੈ ਕੇ ਆਉਂਦੇ ਉਹਨਾਂ ਨੂੰ ਘਰ ਨੂੰ ਲੈ ਜਾਂਦੇ ਤੇ ਆਹ ਰੋਟੀ ਖਾ ਜਾਈਏ। ਅੱਛਾ, ਇੱਦਾਂ ਦਾ ਕੰਮ ਨੇ। ਹੋਰ ਕਿੱਦਾਂ ਕੋਈ ਕੀ ਤਖਤੀਆਂ ਲੜਾਉਂਦੇ ਸੀਗੇ? ਨਹੀਂ, ਇੱਦਾਂ ਦਾ ਕੰਮ ਨਹੀਂ ਕੀਤਾ। ਆ ਫਿਰ ਸ਼ਰਾਫਤ ਹੀ ਹੈ। ਨਹੀਂ ਫਿਰ ਕਾਹਦੇ ਮੁੰਡੇ ਸ਼ਰਾਰਤਾਂ ਤੁਹਾਡੇ ਮਨ ਜਦੋਂ ਸਾਰ ਨੇ ਕੁੱਟਿਆ ਹੋਵੇ ਤੁਹਾਨੂੰ? ਸ਼ਰਾਰਤਾਂ ਜ਼ਰੂਰਤਾਂ ਜਿਹੜਾ ਕਰੇ ਉਹਨੂੰ ਵੀ ਆਰਾਮ ਨਾਲ ਬਹਾਲ ਲੈਦਾ ਤਾ ਬਹਿ ਜਾ ਕਹਿਣਾ ਸਾਡੇ ਆਰਾਮ ਨਾਲ ਕੀ ਕਰਨਾ ਤੂੰ। ਨਾ ਤੁਹਾਨੂੰ ਸ਼ੌਕ ਨਹੀਂ ਸੀ ਪੜ੍ਹਨੇ ਦਾ? ਮੈਨੂੰ ਸ਼ੌਕ ਵੀ ਬਹੁਤ ਸੀ ਤਾਂ ਮੈਂ ਕਾਬਲ ਵੀ ਹੱਥ ਤੋਂ ਭਰੇ ਸਾ। ਅੱਛਾ, ਪੰਜ ਹੀ ਪੜ੍ਹੀਆਂ ਫਿਰ ਮੈਂ ਹੋ ਗਿਆ ਬਿਮਾਰ। ਅੱਛਾ, ਮੈਂ 3 ਮਹੀਨੇ ਰਿਹਾ ਬਿਮਾਰ। ਉਹ ਤੋਂ ਬਾਅਦ ਫਿਰ ਮੈਨੂੰ ਘਰਦੇ ਵੀ ਕਹਿਣ ਜਾਣਾ ਸਕੂਲ ਨਾ ਕਹਿੰਦੇ। ਮਾਸਟਰ ਮੇਰਾ ਹੁੰਦਾ ਸਾ ਹੈਦਲੀ, ਉਹਦਾ ਨਾਂ ਸਾ, ਮੈਂ ਉਹ ਪੀਣਾ ਤਲਾਕ ਤੁਰਿਆ ਜਾਂਦਾ, ਉਹ ਵੀ ਉਹਦੇ ਨੂੰ ਜਾਂਦੇ। ਮੈਨੂੰ ਕਹਿੰਦਾ ਸਰਦਾਰ, ਮੈਂ ਕਹਾਂਗੇ ਸਕੂਲੇ ਆ, ਮੈਂ ਕਿਹਾ ਮਾਸਟਰ ਨਹੀਂ। ਕਹਿੰਦਾ ਫੀਸ ਮਾਫ, ਕਿਤਾਬਾਂ ਮੁਫਤ, ਸਕੂਲੇ ਆ ਗਿਆ। ਹੁਣ ਉਹ ਵੀ ਥੋੜ੍ਹੇ ਜਿਹੇ ਨੰਬਰਾਂ 'ਚ ਉਹ ਲੰਗ ਫੌਜ 'ਚ ਕਰ ਦਿੱਤਾ ਆਰਮੀ 'ਚ। ਜਿਹਦੇ ਨੰਬਰ ਜ਼ਿਆਦਾ ਹੁੰਦੇ ਤਾਂ ਦੂਜੀ 'ਚ ਭੰਗ ਹੋ ਜਾਂਦਾ, ਉਹ ਆਰਮੀ 'ਚ ਹੋਇਆ। ਅੱਛਾ, ਇਹ ਦੱਸੋ ਵੀ ਤੁਹਾਡੇ ਜ਼ਮਾਨੇ ਵਿੱਚ ਕੁਸ਼ਤੀਆਂ ਵਗੈਰਾ ਤਾਂ ਹੁੰਦੀਆਂ ਸੀਗੀਆਂ? ਕੁਸ਼ਤੀਆਂ, ਹਾਂ ਕੁਸ਼ਤੀਆਂ ਤਾਂ ਉਦੋਂ ਬਹੁਤ ਹੁੰਦੀਆਂ ਨਹੀਂ ਤੇ ਹੁਣ ਤਾਂ ਕੁਛ ਹੈ ਹੀ ਨਹੀਂ। ਉਸ ਲਈ ਤੁਹਾਡੇ ਜ਼ਮਾਨੇ ਦਾ ਕੋਈ ਨਾਮੀ ਗ੍ਰਾਮੀ ਪਹਿਲਵਾਨ ਕਿਹੜਾ ਸੀਗਾ ਮਸ਼ਹੂਰ? ਨਾ ਭੁੱਲ ਜਾਂਦਾ, ਜਿੰਨੀਆਂ ਮੈਂ ਗੱਲਾਂ ਕੀਤੀਆਂ ਤੁਹਾਡੇ ਆਪ ਕਰੀ ਜਾਂਦੇ ਉਹਨਾਂ ਨੂੰ ਪਿਛਲੀਆਂ ਕੋਈ ਪਹਿਲਵਾਨ ਭੁੱਲਦਾ? ਅੱਛਾ, ਵਿਆਹ ਦਾ ਦਿਨ ਨਹੀਂ ਭੁੱਲਦਾ? ਹਾਂ। ਬਰਾਤ ਕਿੱਥੇ ਗਈ ਸੀ ਤੁਹਾਡੀ? 317 ਨੇੜੇ ਹੀ। ਜਿਨ੍ਹਾਂ ਦੇ ਵਿਆਹਣ ਗਿਆ ਸੀਗੇ ਉਹ ਤੁਹਾਡੇ ਬਰਾਦਰੀ ਸੀਗੀ? ਬਸ ਬਰਾਦਰੀ, ਸਾਡੇ ਰਿਸ਼ਤੇਦਾਰਾਂ ਨੇ। ਹਾਂ ਹਾਂ, ਮਾਸੀ? ਨਹੀਂ ਨਹੀਂ, ਮਾਮੇ ਚਾਚੀਆਂ ਚੋਂ? ਨਹੀਂ ਨਹੀਂ, ਉਹ ਬੜੀ। ਅੱਛਾ, ਉਹ ਬੜ ਸੀਗੇ। ਫਿਰ ਤੁਹਾਨੂੰ ਫਿਰ ਲਾੜਾ ਬਣਾ ਕੇ ਘੋੜੇ 'ਤੇ, ਘੋੜੀ 'ਤੇ ਬਿਠਾਇਆ ਸੀਗਾ? ਲਾੜਾ ਬਣਾਇਆ 17 ਨੂੰ, ਮੈਨੂੰ ਤੋਰ ਕੇ ਲਿਆ। ਅੱਛਾ, ਤੁਰ ਕੇ ਗਿਆ ਸਾਨੂੰ। ਸਾਡੇ ਵਿੱਚ 2 ਬੰਦੇ ਐਸੇ, ਮੈਂ ਉਹਨਾਂ ਨੂੰ ਕਿਹਾ ਮੇਰੀ ਲਿਜਾਣਾ ਕੁਛ ਨਹੀਂ, ਕੁਛ ਮਿਲ ਜਾਣਾ। ਇੱਕ ਮੇਰਾ ਭਰਾ ਸਾ, ਇੱਕ ਮੇਰਾ ਫੁੱਫੀ ਦਾ ਪੁੱਤ ਵੀ ਸੀ ਤਾਂ ਬਣੂ ਵੀ ਸਾ। ਇਹਨਾਂ 2 ਬੰਦਿਆਂ ਨਾ ਕੁਛ ਨਹੀਂ ਕਰਨਾ। ਮੈਂ ਇਹਨਾਂ ਨੂੰ ਬੜਾ ਜ਼ੋਰ ਲਾਇਆ, ਤੁਸੀਂ ਮੈਂ ਕਿਹਾ ਘੋੜੀ 'ਤੇ ਤਾਂ ਮੈਨੂੰ ਬਹਿ ਕੇ ਜਾ ਲੈਂਦੇ, ਮੰਨੇ ਹੀ ਨਹੀਂ, ਤੁਰ ਕੇ ਹੀ ਲਿਓ ਤੋਰ ਕੇ। ਅੱਛਾ, ਫਿਰ ਉੱਥੇ ਤੁਹਾਡੇ ਜਦੋਂ ਇਸਤਕ ਬਰਾਤ ਪਹੁੰਚ ਗਈ 17 ਵਿੱਚ, ਉਹਨਾਂ ਨੇ ਅੱਗੇ ਫਿਰ ਕੀ ਤੁਹਾਡਾ ਇਸਤਕਬਾਲ ਕਰਿਆ? ਇਸ ਤੋਂ ਬਾਅਦ ਅੱਜ ਤਾਂ ਹੁਣ ਮਾੜਾ ਥੋੜ੍ਹਾ ਜਿਹਾ ਗਾਂ ਜਾ ਕੇ ਮਿਲਣਾ ਮੁੰਡੇ। ਨਹੀਂ ਕੋਈ ਮਖੌਲ ਸ਼ਖੌਲ ਕੀਤਾ ਤੁਹਾਡੇ ਨਾਲ? ਮਖੌਲ ਵੀ ਨਹੀਂ, ਤੁਹਾਨੂੰ ਕਾਹਦਾ ਗੱਲ, ਕੁਝ ਮਜ਼ਾਕ ਉਡਾਉਂਦੇ ਆ, ਕੋਈ ਸਿੱਠਣੀਆਂ ਵਗੈਰਾ ਦਿੰਦੇ? ਹੈਂ, ਸਿੱਠਣੀਆਂ? ਸਿੱਠਣੀਆਂ ਨਹੀਂ ਦਿੱਤੀਆਂ, ਸਿੱਠਣੀਆਂ ਮਾੜੀਆਂ ਮੋਟੀਆਂ ਹੋਣਗੀਆਂ। ਅੱਛਾ, ਫਿਰ ਪਕਾਇਆ ਕੀ ਸੀ ਤੁਹਾਡੇ ਸਹੁਰਿਆਂ ਨੇ? ਪਕਾਇਆ ਤਾਂ ਫਿਰ ਚੌਲ ਗੋਸ਼ਤ ਹੀ ਪੱਕਣਾ, ਹੋਰ ਤਾਂ ਕੀ ਪੱਕਣਾ। ਅੱਛਾ, ਗਰੀਬ ਹੀ ਘਰ। ਫਿਰ ਜਦੋਂ ਉੱਥੋਂ ਡੋਰੀ ਲੈ ਕੇ ਆਏ, ਫਿਰ ਉਹਨੂੰ ਹੀ ਤੋਰ ਕੇ ਲਿਆਏ ਸੀਗੇ? ਨਹੀਂ, ਹਾਂ ਉਹਨੂੰ ਲਿਆਏ ਸੀ ਅਸੀਂ ਗੱਡੇ 'ਤੇ। ਅੱਛਾ, ਗੱਡੇ 'ਤੇ, ਇਹ ਨਹੀਂ ਨਾ ਹੋਣ ਦਿੰਦੇ ਸੀ ਕੁਝ ਵੀ। ਅੱਛਾ, ਨਾ ਡੋਲੀ 'ਚ ਜਾਣੀ ਇੱਦਾਂ, ਨਾ ਐਂ ਹੁੰਦਾ ਸੀ ਤਾਂ ਚੱਦਰੀ ਸੀ ਹਲਕੀ ਜੀ, ਉਹ ਕਾਲੇ ਦਿੱਤੀ ਸੀ, ਰਾਤ ਇੱਕੋ ਰਹਿਣ ਦਿੱਤੀ, ਦੂਏ ਦਿਨ ਲੈ ਗਿਆ, ਫਿਰ 4-5 ਮਹੀਨੇ ਫਿਰ ਲਿਆਂਦੇ। ਤੁਹਾਡਾ ਆਪਸ ਵਿੱਚ ਕਦੀ ਝੇੜਾ ਵੀ ਹੋਇਆ? ਤੀਵੀਂ ਆਦਮੀ ਦਾ? ਹਾਂ, ਤੀਵੀਂ ਆਦਮੀ ਦੇ ਝੇੜੇ ਹੁੰਦੇ ਨੇ। ਫਿਰ ਸੁਲਾ ਕੌਣ ਕਰਾਉਂਦਾ ਸੀਗਾ?
ਸਾਡੀ ਹਾਂ ਆਪੇ ਝੀੜਾ ਹੋ ਜਾਣਾ ਆਪੇ ਦੁੱਲਾ ਹੋ ਜਾਣੀ ਪਹਿਲ ਕੌਣ ਕਰਦਾ ਸੀ ਜਿੱਤੇ ਹੋ ਜਾ ਅਸੀਂ ਬਲੀ ਗਏ ਨਹੀਂ ਉਹ ਕਹਿੰਦਾ ਨਾ ਬੰਦੇ ਇੱਕ ਟੌਰ ਹੁੰਦੀ ਬੰਦੇ ਦੀ ਕਿ ਵੀ ਮੇਰੇ ਸਿਰ ਮੇਰੀ ਘਰ ਵਾਲੀ ਮੈਨੂੰ ਮਨਾਉਗੀ ਤੇ ਮੈਂ ਮੰਨੂਗਾ ਮਨਾ ਲੈਣੀ ਸੀ ਅੱਗੇ ਹੁਣ ਵੀ ਨਹੀਂ ਮਨਾਉਂਦੀ ਹਾਂ ਅੱਗੇ ਮਨਾ ਲੈਣੀ ਸੀ ਚੱਲ ਕਹਿਣਾ ਚੱਲ ਮੇਤੇ ਗਲਤੀ ਹੋ ਗਈ ਤੇ ਜਾ ਹਾਂ ਹੈ ਤੂੰ ਹੁਣ ਤਾਂ ਅਗਲੀਆਂ ਕਹਿੰਦੀਆਂ ਤੂੰ ਮੇਰੇ ਪੈਰ ਫੜ ਮੈਂ ਤੈਨੂੰ ਕਹਦੇਗਾ ਕਦੇ ਕੁਝ ਦੇਖਿਆ ਬੰਦਾ ਚੜਾਈ ਕੀਤੀ ਤੀਵੀਂ ਤੇ ਦੇਖਿਆ ਕੋਈ ਜਾਂ ਕੋਈ ਸੁਣਿਆ ਹੁਣ ਤਾਂ ਉਹ ਇੱਦਾਂ ਦੇ ਜੰਮਣੋ ਹੀ ਹਟ ਗਏ ਮੇਰੇ ਨੂੰਹ ਆਈ ਹੋਈ ਹੈ ਘਰ ਵਾਲੀ ਤੁਹਾਨੂੰ ਮਨਾਉਣ ਆਉਂਦੀ ਸੀਗੀ ਤੁਹਾਡੇ ਲਈ ਕੋਈ ਸ਼ੈ ਪਕਾਉਂਦੀ ਸੀ ਖਾਸ ਕੋਈ ਜਿਹੜੀ ਤੁਹਾਨੂੰ ਜ਼ਿਆਦਾ ਪਸੰਦ ਹੋਵੇ ਲਾ ਲਾ ਹਾਂ ਉਹਨਾਂ ਦੇ ਬਾਰੇ ਕਿੱਥੇ ਸ਼ੈ ਨਹੀਂ ਆਖਰ ਕੋਈ ਪਤਾ ਹੁੰਦਾ ਨਾ ਵੀ ਚਲੋ ਮੇਰੇ ਘਰ ਵਾਲੇ ਨੂੰ ਆ ਸ਼ੈ ਪਸੰਦ ਆ ਨਹੀਂ ਹਾਂ ਇਹ ਮੰਨ ਗਿਆ ਬੰਦਾ ਮੰਨਿਆ ਇਹਨਾਂ ਦਾ ਨਹੀਂ ਪਤਾ ਹਾਂ ਹਾਂ ਇਹ ਕੀ ਜੀ ਇੱਕ ਵਾਰ ਕਹਿ ਦੇ ਆਂਗੇ ਨਾ ਕਦੀ ਤੁਹਾਡੀ ਘਰ ਵਾਲੀ ਰੁੱਸ ਕੇ ਗਈ ਹੋਵੇ ਪੇਕਿਆਂ ਦੇ ਵੀ ਮੈਂ ਨਹੀਂ ਰਹਿਣਾ ਇੱਥੇ ਨਹੀਂ ਹਾਂ ਮੋਟਰਸਾਈਕਲ ਵਾਲਾ ਮੱਲੋ ਦਾ ਮੁੰਡਾ ਇਹ ਆ ਕਰਵਾਨ ਇਹਦਾ ਨਾਂ ਆ ਬੜਾ ਮੁੰਡਾ ਆ ਤੇਰੇ ਮੇਰੇ ਵਰਗੇ ਨੇ ਐਨੀ ਕੋ ਮੁੱਕ ਮਾਰ ਕੇ ਬਾਹਰ ਅੱਛਾ ਕਦੇ ਰਾਗੀ ਰੂਗੀ ਸੁਣੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਕਿਹੜੇ ਕਿਹੜੇ ਰਾਗੀ ਨੂੰ ਸੁਣਿਆ ਤੁਸੀਂ ਤੁਹਾਡੇ ਜ਼ਮਾਨੇ ਤਾਂ ਸ਼ਰੀਫ ਹੁੰਦਾ ਸੀਗਾ ਸ਼ਰੀਫ ਹਾਂ ਕਿ ਸਦੀਕ ਨਾ ਸ਼ਰੀਫ ਨਾ ਸਦੀਕ ਮੈਨੂੰ ਤਾਂ ਪਤਾ ਨਹੀਂ ਹਾਂ ਹੋਰ ਅੱਗੇ ਨਾ ਬੜੇ 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 ਸੁਣੇ ਇੱਕ ਡੋਗਰ ਛਪਾੜ ਦਾ ਹੁੰਦਾ ਸੀਗਾ ਇੱਕ ਡੋਗਰ ਸੀਗਾ ਛਪਾੜ ਦਾ ਤੂੰ ਤਾਂ ਹੋਰ ਮੈਂ ਤਾਂ 13 ਚ ਵੀ ਜਾ ਕੇ ਸੁਣਦਾ ਰਿਹਾ ਨਾ ਕਿਹਨੂੰ ਸੁਣਦੇ ਰਹੇ ਤੂੰ ਤੇ ਹੁਣ ਨਿਕਲਿਆ ਦੂਆ ਵਾਲੀਆਂ ਦਾ ਮੈਨੂੰ ਹੁਣ ਚੇਤਾ ਅੱਛਾ ਤੁਹਾਡੇ ਜ਼ਮਾਨੇ ਉਸ ਲਈ ਮੇਲੇ ਕਿੱਥੇ ਕਿੱਥੇ ਲੱਗਦੇ ਸੀਗੇ ਮੇਲੇ ਬਥੇਰੇ ਹਾਂ ਹੁਣ ਸਮਾਂ ਥੋੜੇ ਉਦੋਂ ਬਹੁਤ ਹੁੰਦੇ ਕਿਹੜੇ ਕਿਹੜੀ ਜਗ੍ਹਾ ਕਿਹੜੇ ਕਿਹੜੇ ਪਿੰਡ ਮੇਲੇ ਹੁੰਦੇ ਸੀਗੇ ਮੇਲੇ 13 ਚ ਵੀ ਮੇਲਾ ਕਾਫੀ ਚਿਰ ਦਾ ਲੱਗਦਾ ਹਾਂ ਫਿਰ 13 ਦਾ ਪੱਲਾ ਕਰੇ ਆ 44 ਦੇ ਮੇਲੇ 2-3 ਲੱਗਦੇ ਹੁੰਦੇ ਹਜੇ ਵੀ ਲੱਗਦੇ ਆ ਕਦੀ ਕਦੀ ਤਾਂ 18 ਚ ਵੀ ਹੋ ਜਾਂਦਾ ਅੱਛਾ ਆ ਜਿਹੜੀ 346 ਕਰਮੋਂ ਵਾਲੀ ਆ ਹਾਂਜੀ ਕਰਮੋਂ ਇੱਕ ਚਮੂਣਾ ਮਸੱਲੀ ਹੁੰਦਾ ਸੀਗਾ ਮਚੂਣਾ ਮਸੱਲੀ ਹਾਂ ਮਚੂਣਾ ਮਸੱਲੀ ਤਾਂ ਮਚੂਣਾ ਨਹੀਂ ਚਮੂਣਾ ਚਮੂਣਾ ਆਹੋ ਉਹ ਕੀ ਕਰਦਾ ਸੀਗਾ ਉਹ ਵੀ ਚੋਰੀਆਂ ਕਰਦਾ ਉਹ ਜਿਹੜਾ ਮਸੱਲੀ ਨਹੀਂ ਉਹਨਾਂ ਦਿਨਾਂ ਦੇ ਜਿਹੜੀ ਬੜੀ ਇੱਥੇ ਮਸ਼ਹੂਰੀ ਸੀਗੀ ਮਸ਼ਹੂਰੀ ਉਹਦੀ ਨਸਣੇ ਦੀ ਸੀ ਹਾਂ ਨਾਲਾ ਉਹ ਸਮਝੂਣਾ ਅੱਛਾ ਚਾਂਦੀ ਆ ਜਿਹੜੀ ਆ ਕਿਨਾਵਾਂ ਨਾ ਇਹਦੇ ਵਿੱਚੋਂ ਸਮਾਨ ਪਹਿਲਾਂ ਛੱਡ ਦੇਣਾ ਕੋਈ ਰਾਤ ਸ਼ਰਮਾ ਨਹੀਂ ਕਰਨਾ ਦਾਇਆ ਪੁਰਾਣਾ ਜਦੋਂ ਤੁਸੀਂ ਛੋਟੇ ਹੁੰਦੇ ਇੱਥੇ ਪਿੰਡ 'ਚ ਉਹ ਸਿੱਖ ਵੀ ਰਹਿੰਦੇ ਹੁੰਦੇ ਸੀ ਹਿੰਦੂ ਵੀ ਰਹਿੰਦੇ ਹੁੰਦੇ ਸੀਗੇ ਕਦੀ ਵਿਹਲਾ ਉਹ ਯਾਦ ਆਇਆ ਕੀ ਕਹਿੰਦੇ ਨਹੀਂ ਯਾਦ ਆਉਣਾ ਜਿਹੜਾ ਸਿੱਖ ਸੀਗਾ ਇੱਥੇ ਰੱਖ ਲਿਆ ਸੀ ਇਹਨਾਂ ਨੇ ਪਿੰਡ ਵਾਲਿਆਂ ਨੇ ਉਹ ਆਪੇ ਰਿਹਾ ਹਾਂ ਹਾਂ ਫਿਰ ਉਹ ਜਦੋਂ ਗਿਆ ਨਾ ਹਾਂ ਉਹਨੂੰ ਕਹਿਣ ਲੱਗੇ ਵੀ ਤੂੰ ਹੁਣ ਨਾ ਜਾ ਉਹ ਕਹਿਣ ਲੱਗਾ ਵੀ ਹੁਣ ਮੈਨੂੰ ਬੇਵਸੀ ਆ ਮੇਰੀਆਂ ਬੱਚੀਆਂ ਵੀ ਜਵਾਨ ਆ ਬੱਚੇ ਵੀ ਜਵਾਨ ਆ ਮੈਂ ਇੱਥੇ ਕਿੱਥੇ ਵਿਆਹੁਣੇ ਆ ਮੈਂ ਉੱਧਰ ਜਾਵਾਂ ਜਾ ਕੇ ਬੱਚੀਆਂ ਦਾ ਵਿਆਹਾਂ ਆਪਣੀ ਅਤੇ ਉੱਧਰ ਚਲੇ ਗਿਆ ਅਤੇ ਉੱਧਰ ਜਾ ਕੇ ਬੱਚੀਆਂ ਵੀ ਤਕੜੀਆਂ ਬੱਚੀਆਂ ਗਈਆਂ ਜਵਾਨ ਹੋਈਆਂ ਚੰਗਾ ਬਾਬਾ ਬਹੁਤ ਅੱਛਾ ਲੱਗਾ ਤੇਰੇ ਨਾਲ ਗੱਲ ਲਾ ਕੇ ਬਸ ਜੀ